राहुल गांधी हुण साबका सांसद हो गए ने। जी हाँ, इको झटके दे विच राहुल गांधी हुण साबका सांसद दे विच तब्दील हो गए ने। उन्हां दी मुढ़ली मैंबरशिप सांसद दी खारज कर दिती गई है, रद्द कर दिती गई है, क्योंकि बीते कल ही उन्हां दे उपर जिहड़े दोष सन मानहानि दे उह साबित होए ते उस तों बाद उन्हां नूं 2 साल की कैद की सज़ा सुना दिती जांदी है सूरत कोर्ट दे वलों। उस तों बाद लगातार कांग्रेस दे विच व्यौंतबंदी बनाई जा रही सी कि किस तरीके दे नाल सारी तैयारी करके इस फैसले का विरोध करना है, इस फैसले नूं लैके सड़कां ते उतरना है। ये सारा कुछ हाले पाइपलाइन दे विच ही सी, उस तों पहलां ही धमाका कर दिता गया है अते सांसद दी जिहड़ी मैंबरशिप सी ਉਹ ਖਾਰਜ ਕਰ ਦਿੱਤੀ ਗਈ ਹੈ, ਰੱਦ ਕਰ ਦਿੱਤੀ ਗਈ ਹੈ ਰਾਹੁਲ ਗਾਂਧੀ ਦੀ। ਹੁਣ ਰਾਹੁਲ ਗਾਂਧੀ ਪੂਰਵ ਸੰਸਦ ਹੋ ਗਏ ਨੇ, ਭਾਵ ਹੁਣ ਉਹ ਵਾਇਨਾਡ ਤੋਂ ਪਹਿਲਾਂ ਸੰਸਦ ਸੀ ਕੇਰਲਾ ਦੀ ਸੀਟ ਤੋਂ ਅਤੇ ਅਮੇਠੀ ਤੋਂ ਹਾਰ ਗਏ ਸੀ। ਹਾਲਾਂਕਿ ਉਹਨਾਂ ਨੇ 2 ਜਗ੍ਹਾ ਤੋਂ ਚੋਣ ਲੜੀ ਸੀ, ਅਮੇਠੀ ਤੋਂ ਹਾਰ ਜਾਂਦੇ ਨੇ, ਵਾਇਨਾਡ ਕੇਰਲਾ ਤੋਂ ਜਿੱਤ ਜਾਂਦੇ ਨੇ। ਉੱਥੋਂ ਉਹ MP ਸਨ, ਪਰ ਹੁਣ ਉਹਨਾਂ ਦੀ ਉਹ ਵੀ MP-ਸ਼ਿਪ ਰੱਦ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਸਜ਼ਾ ਹੋ ਗਈ ਹੈ 2 ਸਾਲ ਦੀ। ਪਰ ਇਸ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਇਹ ਕਹਿੰਦੀ ਹੈ ਕਿ ਜਿੰਨੀ ਸਜ਼ਾ ਹੋਈ ਹੈ ਕੰਕਰੈਂਟ ਉਸ ਦੇ ਵਿੱਚ ਨਹੀਂ ਜੁੜੇਗੀ। 2 ਸਾਲ ਦੀ ਜਿਹੜੀ ਸਜ਼ਾ ਹੈ ਉਹ ਭੁਗਤਣ ਤੋਂ ਬਾਅਦ ਵੀ 6 ਸਾਲ ਤੱਕ ਉਹ ਵਿਅਕਤੀ ਜਿਹੜਾ ਸਜ਼ਾ ਭੁਗਤ ਰਿਹਾ ਸੀ ਉਹ ਚੋਣ ਲੜਨ ਦੇ ਲਈ ਐਲੀਜੀਬਲ ਨਹੀਂ ਰਹੇਗਾ। 6 ਸਾਲ ਹੋਰ ਐਡ ਕਰ ਲਏ ਜਾਣ, ਪਹਿਲਾਂ 2 ਸਾਲ ਸਜ਼ਾ ਭੁਗਤਣਗੇ, ਉਸ ਤੋਂ ਬਾਅਦ 6 ਸਾਲ ਹੋਰ ਚੋਣ ਨਹੀਂ ਲੜ ਸਕਣਗੇ ਰਾਹੁਲ ਗਾਂਧੀ। ਇਸ ਦੇ ਵਿੱਚ ਲਗਾ ਲਓ 2024 ਦੀਆਂ ਚੋਣਾਂ ਜਿਹੜੀਆਂ ਆਉਣੀਆਂ ਨੇ ਉਹ ਵੀ ਨਿਕਲ ਜਾਣਗੀਆਂ ਲੋਕ ਸਭਾ ਦੀਆਂ, ਅਤੇ 2029 ਦੀਆਂ ਚੋਣਾਂ ਵੀ ਨਿਕਲ ਜਾਣਗੀਆਂ। ਭਾਵ ਕਿ 8 ਤੋਂ 9 ਸਾਲ ਉਹਨਾਂ ਨੂੰ ਉਡੀਕ ਪਹਿਲਾਂ ਕਰਨੀ ਪਵੇਗੀ, ਉਸ ਤੋਂ ਬਾਅਦ ਜਾ ਕੇ ਫਿਰ 24 ਤੋਂ ਬਾਅਦ ਅੱਗੇ ਜਾ ਕੇ 29 ਦੇ ਵਿੱਚ ਵੀ ਉਹ ਚੋਣ ਨਹੀਂ ਲੜ ਸਕਣਗੇ, ਫਿਰ 33 ਦੇ ਵਿੱਚ ਸ਼ਾਇਦ ਉਹ ਚੋਣ ਲੜ ਸਕਣ, ਉਸ ਦੇ ਲਈ ਉਹ ਐਲੀਜੀਬਲ ਹੋ ਜਾਣ, ਜਾਂ ਫਿਰ 33 ਜਾਂ 34 ਦੇ ਵਿੱਚ ਉਹ ਐਲੀਜੀਬਲ ਇਸ ਦੇ ਲਈ ਹੋ ਜਾਣ, ਫਿਰ ਉਹ ਚੋਣ ਲੜ ਸਕਣਗੇ। ਪਰ ਹੁਣ ਸਭ ਤੋਂ ਵੱਡੀ ਅਪਡੇਟ ਜਿਹੜੀ ਹੈ ਕਿ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ, ਕਾਂਗਰਸ ਜਿਹੜੀ ਕਿ ਆਪਣੇ ਡਾਊਨਫਾਲ 'ਚ ਚੱਲ ਰਹੀ ਹੈ ਉਸ ਨੂੰ ਇੱਕ ਹੋਰ ਝਟਕਾ ਲੱਗ ਜਾਣਾ, ਇੱਕ ਮੁੱਖ ਆਗੂ ਜਿਹੜਾ ਉਹਨਾਂ ਦਾ ਸੀ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਣੀ, ਉਸ ਨੂੰ ਸਜ਼ਾ ਹੋ ਜਾਣੀ, ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦੀ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਹਾਈ ਕੋਰਟ ਸੁਪਰੀਮ ਕੋਰਟ ਦਾ ਰੁੱਖ ਕੀਤਾ ਜਾ ਸਕਦਾ ਹੈ, ਹਾਲੇ ਉਹ ਉਹਨਾਂ ਦੇ ਕੋਲ ਅਧਿਕਾਰ ਮੌਜੂਦ ਹੈ, ਪਰ ਕੀ ਉਹਨਾਂ ਨੂੰ ਉੱਥੋਂ ਕੋਈ ਰਾਹਤ ਮਿਲਦੀ ਹੈ, ਸਮਾਂ ਬਿਆਨ ਕਰੇਗਾ, ਅਤੇ ਉਹ ਰਾਹਤ ਮਿਲਣ ਤੋਂ ਬਾਅਦ ਕੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਖਾਰਜ ਹੋਈ ਹੈ ਉਹ ਵਾਪਸ ਆਉਂਦੀ ਹੈ। ਇਸ ਦੇ ਉੱਪਰ ਵੀ ਮਾਹਰਾਂ ਦਾ ਚਾਨਣਾ ਪਵਾਵਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਨੂੰਨ ਕੀ ਕਹਿੰਦਾ ਹੈ, ਲੋਅ ਕੀ ਕਹਿੰਦਾ ਹੈ ਇਸ ਸਾਰੇ ਵਿਸ਼ੇ ਦੇ ਉੱਪਰ। ਪਰ ਰਾਹੁਲ ਗਾਂਧੀ ਜਿਹੜੇ ਕਿ ਕਾਂਗਰਸ ਦੇ ਦਿੱਗਜ ਅਤੇ ਵੱਡੇ ਲੀਡਰ ਨੇ, ਉਹਨਾਂ ਨੂੰ ਮੈਂਬਰਸ਼ਿਪ ਉਹਨਾਂ ਦੀ ਖਾਰਜ ਕਰ ਦਿੱਤੀ ਗਈ ਹੈ ਸੰਸਦ ਦੀ, ਉਹ ਹੁਣ ਪੂਰਵ ਸੰਸਦ ਹੋ ਗਏ ਨੇ। ਇਸ ਦੇ ਉੱਪਰ ਆਗੂਆਂ ਦਾ ਕੀ ਪ੍ਰਤੀਕਰਮ ਆਉਂਦਾ ਹੈ ਉਸ ਦੇ ਵੱਲ ਵੀ ਚੱਲਾਂਗੇ, ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਵੱਖ ਵੱਖ ਆਗੂਆਂ ਦੀ ਕੀ ਪ੍ਰਤੀਕਰਮ, ਕੀ ਪ੍ਰਤੀਕਿਰਿਆ ਇਸ ਦੇ ਉੱਪਰ ਆਉਂਦੀ ਹੈ। ਇਸ ਤੋਂ ਪਹਿਲਾਂ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ, ਕਦੀ ਉਹਨਾਂ ਦੇ ਵੱਲੋਂ ਵਿਦੇਸ਼ 'ਚ ਦਿੱਤੇ ਗਏ ਭਾਸ਼ਣ ਦੀਆਂ ਸਤਰਾਂ ਉਹਨਾਂ ਦੇ ਲਈ ਵਿਰੋਧੀ ਬਣ ਜਾਂਦੀਆਂ ਨੇ, ਅਤੇ ਕਦੀ ਉਹਨਾਂ ਦੇ ਵੱਲੋਂ ਕੱਢੀ ਗਈ ਭਾਰਤ ਜੋੜੋ ਯਾਤਰਾ ਦੇ ਉੱਪਰ ਸਵਾਲ ਖੜ੍ਹੇ ਹੁੰਦੇ ਨੇ। ਸੋ ਲਗਾਤਾਰ ਪਲ ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ। ਸਭ ਤੋਂ ਵੱਡੀ ਇਸ ਸਮੇਂ ਦੀ ਅਪਡੇਟ ਇਹੀ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਵੱਡੇ ਲੀਡਰ, ਉਹਨਾਂ ਦੀ ਸੰਸਦ ਦੀ ਮੈਂਬਰਸ਼ਿਪ ਖਾਰਜ ਹੋ ਗਈ ਹੈ, ਅਤੇ ਹੁਣ ਉਹ ਆਉਣ ਵਾਲੇ 8 ਸਾਲਾਂ ਤੱਕ ਚੋਣ ਨਹੀਂ ਲੜ ਸਕਣਗੇ। ਵੱਡਾ ਸਵਾਲ ਕਾਂਗਰਸ ਦੇ ਲਈ ਖੜ੍ਹਾ ਹੋ ਗਿਆ ਕਿ ਹੁਣ ਉਹਨਾਂ ਨੂੰ ਮੁੱਖ ਤੌਰ ਦੇ ਉੱਪਰ ਕੌਣ ਲੀਡ ਕਰੇਗਾ, ਕੌਣ ਉਹਨਾਂ ਨੂੰ ਇੱਕ ਚੰਗੇ ਲੀਡਰ ਵਜੋਂ ਪ੍ਰੇਰਿਤ ਕਰੇਗਾ ਅਤੇ ਉਹਨਾਂ ਦੀ ਨੁਮਾਇੰਦਗੀ ਕਰੇਗਾ, ਸਮਾਂ ਬਿਆਨ ਕਰੇਗਾ, ਜਿਵੇਂ ਵੀ ਹੋਵੇਗਾ। ਪਲ ਪਲ ਦੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰਦੇ ਰਹਾਂਗੇ। ਤੁਸੀਂ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਦਾ TVNRI ਦੇ ਨਾਲ ਜੁੜੇ ਰਹੋ, ਧੰਨਵਾਦ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ, ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯੋਰ ਪਰਫੈਕਟ ਹਿਊਮਨ।